ਅੰਮ੍ਰਿਤਸਰ ਪੁਲਿਸ ਵੱਲੋਂ ਕੀਤੀ ਗਈ ਹੈ। ਨਾਲਾ ਹੋਈ ਨਾਲ ਜੋ ਦੋਸ਼ੀ ਨੇ ਜਿਨ੍ਹਾਂ ਦੀ ਉਮਰ ਬਹੁਤ ਘੱਟ ਹੈ ਤਾਂ ਬੈਗ ਨੂੰ ਫੜ ਲੋਗੇ ਇੱਥੇ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਇਹ ਧਿਆਨ ਨਾਲ ਦੇਣਾ ਸਾਡੀ ਦੋਸ਼ੀ ਦੇ ਪਾਸੋਂ ਉਹਨਾਂ ਕੋਲੋਂ ਨਹੀਂ ਕੁਝ ਆਪਾਂ ਨੇ 8 ਲੱਖ ਰੁਪਏ ਦੀ ਨਕਦੀ ਤੇ ਇੱਕ ਪਿਸਟਲ ਵੀ ਦੋ ਪਿਸਟਲ ਜਿਹੜੇ ਬਰਾਮਦ ਕੀਤੇ ਗਏ ਸੀ ਤਸਵੀਰ ਅਸੀਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਵੱਡਾ ਮਾਮਲਾ ਅੰਮ੍ਰਿਤਸਰ ਵਿਖੇ ਹੈ ਤੇ ਜਿਹੜੇ ਕਿ ਤੁਸੀਂ ਦੇਖ ਸਕਦੇ ਹੋ ਡਰਗ ਮਨੀ ਤਕਰੀਬਨ 8 ਲੱਖ ਦੀ ਹੋਣੀ ਤਾਂ ਇਹ ਸਾਫ਼ ਜ਼ਾਹਰ ਕਰਦੀ ਹੈ ਕਿ ਵੱਡਾ ਕੋਈ ਇਨਾਮ ਕਰਦੇ ਸੀ ਤੇ ਦੋ ਦੋਸ਼ੀ ਅੰਮ੍ਰਿਤਸਰ ਪੁਲਿਸ ਵੱਲੋਂ ਕਾਬੂ ਕੀਤੇ ਗਏ ਨੇ ਤਾਂ ਪੰਜ ਦੋਸ਼ੀਆਂ ਦੀ ਉਮਰ ਵੀ ਘੱਟ ਹੈ ਤਾਂ ਵੱਡੇ ਹੈਰੋਇਨ ਸਪਲਾਇਰ ਦੇ ਤੌਰ ਤੇ ਪ੍ਰੀਤ ਸਿੰਘ ਹੈਪੀ ਉਮਰ ਕਰੀਬ 26 ਸਾਲ ਇਹ ਵੀ ਲੋਹਾਰਕਾ ਕਲਾਂ ਦੇ ਰਹਿਣ ਵਾਲਾ ਜੁਗਲ ਕਿਸ਼ੋਰ ਜੋ ਕਿ ਤਕਰੀਬਨ 30 ਸਾਲ ਦਾ ਮਜੀਠਾ ਏਰੀਆ ਦੇ ਰਹਿਣ ਵਾਲਾ ਅਤੇ ਵਿਸ਼ਾਲ ਕਰੀਬ 19 ਸਾਲ ਦੀ ਉਮਰ ਹੈ ਇਹ ਵੀ ਲੋਹਾਰਕਾ ਕਲਾਂ ਦਾ ਰਹਿਣ ਵਾਲਾ ਹੈ ਇਸ ਵਿੱਚ ਜੋ ਕੁੱਲ ਰਿਕਵਰੀ ਹੋਈ ਹੈ 1 ਕਿਲੋ 500 ਗ੍ਰਾਮ ਹੈਰੋਇਨ 7,88,000 ਰੁਪਏ ਡਰੱਗ ਮਨੀ ਭਾਰਤੀ ਕਰੰਸੀ 2 ਪਿਸਤੌਲ 32 ਬੋਰ ਦੇ 13 ਲਾਈਵ ਰਾਊਂਡਸ 32 ਬੋਰ ਦੇ 1 ਕਾਰ I-20 ਚਿੱਟੇ ਰੰਗ ਦੀ ਜਿਸ ਦਾ ਨੰਬਰ PV02CQ2272 ਹੈ 2 ਇਲੈਕਟ੍ਰੋਨਿਕ ਕੰਡੇ ਜਿਹੜੇ ਛੋਟੇ ਹੈਰੋਇਨ ਨੂੰ ਤੋਲਣ ਵਾਸਤੇ ਰੱਖੇ ਗਏ ਇਸ ਤੋਂ ਇਲਾਵਾ ਡਰੱਗ ਮਨੀ ਨੂੰ ਕਾਊਂਟ ਕਰਨ ਵਾਸਤੇ ਜਿਹੜੀ ਮਸ਼ੀਨ ਹੈ ਉਹ ਵੀ ਇਸ ਵਿੱਚ ਰਿਕਵਰ ਹੋਈ ਹੈ ਇਹਨਾਂ 'ਤੇ ਜਿਹੜੇ ਪਿਛਲੇ ਮੁਕੱਦਮੇ ਹੈ 4 ਜਣਿਆਂ 'ਤੇ ਜੋ ਇਹਨਾਂ ਦੀ ਕ੍ਰਿਮੀਨਲ ਹਿਸਟਰੀ ਕ੍ਰਿਮੀਨਲ ਪਾਸਟ ਵੀ ਹੈ ਹਰਭੇਜ ਸਿੰਘ ਏਲੀਅਸ ਜਵੇਦ ਦੇ ਉੱਪਰ 4 ਮੁਕੱਦਮੇ ਹੈ ਜਿਨ੍ਹਾਂ 'ਚ 3 NDPS ਦੇ ਮੁਕੱਦਮੇ ਆਲਰੇਡੀ ਹੈ 1 ਅਸਲੈਕਟ 307 ਦਾ ਮੁਕੱਦਮਾ ਵੀ ਹੈ ਲਵਪ੍ਰੀਤ ਸਿੰਘ ਉਰਫ ਹੈਪੀ ਦੇ ਉੱਪਰ 8 ਮੁਕੱਦਮੇ ਨਜ਼ਰ 'ਚ ਆਏ ਹੈ ਜਿਹਦੇ 'ਚ 302 IPC ਦਾ ਮੁਕੱਦਮਾ ਵੀ ਹੈ ND ਦੇ ਮੁਕੱਦਮੇ ਵੀ ਹੈ ਚੋਰੀ ਦੇ ਮੁਕੱਦਮੇ ਵੀ ਹੈ ਆਰਮਜ਼ ਐਕਟ ਵਗੈਰਾ ਦੇ ਮੁਕੱਦਮੇ ਵੀ ਹੈਗੇ ਜੁਗਲ ਕਿਸ਼ੋਰ ਜੋ ਕਿ ਮਜੀਠਾ ਏਰੀਆ ਦੇ ਰਹਿਣ ਵਾਲਾ ਇਹਦੇ ਉੱਪਰ ਵੀ ਪਹਿਲਾਂ ND ਅਤੇ ਆਰਮਜ਼ ਐਕਟ ਦੇ ਮੁਕੱਦਮੇ ਦਰਜ ਹੈ ਵਿਸ਼ਾਲ ਦੇ ਉੱਪਰ ਵੀ NDPS ਦਾ ਮੁਕੱਦਮਾ ਸਾਹਮਣੇ ਆਇਆ ਹੈ ਇਹ ਜੋ ਖੇਪ ਹੈ ਇਹ ਜੋ ਕੰਸਾਈਨਮੈਂਟ ਹੈ ਇਹਨਾਂ ਵੱਲੋਂ ਤਰਨ ਤਾਰਨ ਏਰੀਆ ਤੋਂ ਲਿਆਉਣ ਦੀ ਜੋ ਇਹਨਾਂ ਦੀ ਪ੍ਰੀਲਿਮਨਰੀ ਇੰਟੈਰੋਗੇਸ਼ਨ ਤੋਂ ਪਤਾ ਲੱਗਿਆ ਤਰਨ ਤਾਰਨ ਡਿਸਟ੍ਰਿਕਟ ਦੇ ਵਿੱਚੋਂ ਕਿਸੇ ਏਰੀਆ 'ਚੋਂ ਪੱਟੀ ਦੇ ਨੇੜੇ ਕਿਸੇ ਏਰੀਆ 'ਚੋਂ ਇਹ ਲੈ ਕੇ ਆਏ ਹੈ ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆ ਰਿਹਾ ਕਿ ਇਹਨਾਂ ਨੇ ਇਹਦਾ ਡਿਸਪੋਜ਼ਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਈ ਪੈਡਲਰਸ ਕੋਲ ਕਰਨਾ ਸੀ ਇਸ ਵਿੱਚ ਜਿਹੜੀ ਮਨੀ ਦੀ ਟ੍ਰਾਂਜੈਕਸ਼ਨ ਵੀ ਹੋਈ ਹੈ 20 ਲੱਖ ਤੋਂ ਉੱਪਰ ਦੀ ਜਿਹੜੀ ਮਨੀ ਦੀ ਟ੍ਰਾਂਜੈਕਸ਼ਨ ਇਹਦੇ 'ਚ ਸਾਹਮਣੇ ਆਈ ਹੈ ਉਹਦੇ ਐਵੀਡੈਂਸ ਵੀ ਹੈ ਇਹਨਾਂ ਦੇ ਮੋਬਾਈਲ ਫੋਨਸ ਵੀ ਰਿਕਵਰ ਕੀਤੇ ਗਏ ਹੈ ਜਿਨ੍ਹਾਂ ਵਿੱਚ ਕਾਫੀ ਕੁਝ ਐਵੀਡੈਂਸ ਇਹਨਾਂ ਦੇ ਖਿਲਾਫ ਜਾਂਦਾ ਹੈ ਜਿੰਨਾ ਕੁਝ ਇਹਨਾਂ ਨੇ ਦੱਸਿਆ ਉਸ ਤੋਂ ਇਹ ਸਾਬਿਤ ਹੁੰਦਾ ਕਿ ਇਹ ਇੱਕ ਵੱਡਾ ਨੈਟਵਰਕ ਚਲਾ ਰਹੇ ਹੈ ਜਿਹਦੇ ਥਰੂ ਅੰਮ੍ਰਿਤਸਰ ਸ਼ਹਿਰ ਤੋਂ ਲੈ ਕੇ ਅੰਮ੍ਰਿਤਸਰ ਰੂਰਲ ਏਰੀਆ ਅਤੇ ਹੋਰ ਮਾਝੇ ਦੇ ਡਿਸਟ੍ਰਿਕਟਸ ਦੇ ਵਿੱਚ ਇਹਨਾਂ ਦਾ ਨੈਟਵਰਕ ਫੈਲਿਆ ਜਿਹਦੇ ਥਰੂ ਇਹ ਪੈਡਲਰਸ ਨੂੰ ਸਪਲਾਈ ਕਰਦੇ ਆ ਅਤੇ ਬਾਰਡਰ ਡਿਸਟ੍ਰਿਕਟਸ ਦੇ ਵਿੱਚੋਂ ਖਾਸ ਤੌਰ 'ਤੇ ਹੁਣ ਤੱਕ ਜੋ ਸਾਹਮਣੇ ਆਇਆ ਤਰਨ ਤਾਰਨ ਏਰੀਆ ਤੋਂ ਇਹਨਾਂ ਨੂੰ ਸਪਲਾਈ ਹੁੰਦੀ ਹੈ ਇਹ ਜਿਹੜੀ ਬ੍ਰੇਕ ਜਾਂ ਤੁਸੀਂ ਕਹੋ ਕਿ ਸਪਲਾਈ ਚੇਨ ਜਿਹੜੀ ਟੁੱਟੀ ਹੈ ਇਸ ਨਾਲ ਮੈਂ ਸਮਝਦਾ ਕਿ ਕਾਫੀ ਹੱਦ ਤੱਕ ਜਿਹੜੀ ਡਰੱਗ ਪੈਡਲਿੰਗ ਦੀ
ਦਾ ਜੋ ਲੱਕ ਹੈ ਉਹ ਟੁੱਟਦਾ। CIA ਦੇ ਸਟਾਫ ਨੇ DCP ਡੀ ਸਾਹਿਬ, ADCP ਡੀ ਸਾਹਿਬ, DSP ACP ਡੀ ਸਾਹਿਬ ਅਤੇ ਇੰਚਾਰਜ CIA ਇਹਨਾਂ ਵੱਲੋਂ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਅਤੇ ਇਹਨਾਂ ਟੀਮਾਂ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਉਹ ਬੜੀ ਸ਼ਲਾਘਾਯੋਗ ਹੈ। ਇਹ ਜਿਹੜੀ ਇਨਫੋਰਮੇਸ਼ਨ ਹੈ ਇਹ ਪਬਲਿਕ ਤੋਂ ਆਈ ਹੋਈ ਸੀਕ੍ਰੇਟ ਇਨਫੋਰਮੇਸ਼ਨ ਹੈ ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਬਲਿਕ ਨੇ ਇਹ ਸੀਕ੍ਰੇਟ ਇਨਫੋਰਮੇਸ਼ਨ ਸਾਡੇ ਜੋ ਨੰਬਰ ਅਸੀਂ ਲਾਂਚ ਕੀਤੇ ਹੈ ਉਹਨਾਂ 'ਤੇ ਦੇਣੀ ਸ਼ੁਰੂ ਕੀਤੀ ਹੈ। ਉਹਦੇ ਤੋਂ ਉਪਜੀ ਹੋਈ ਇਹ ਇਨਪੁੱਟ ਹੈ। ਮੈਂ ਪਹਿਲਾਂ ਵੀ ਕਿਹਾ ਸੀ ਕਿ ਕਿਸੇ ਨੂੰ ਵੀ ਕੋਈ ਇਸ ਤਰ੍ਹਾਂ ਦੀ ਇਨਪੁੱਟ ਆਪਣੇ ਏਰੀਆ 'ਚ ਪਤਾ ਲੱਗਦੀ ਹੈ ਜਿਸ ਵਿੱਚ ਕਿ ਡਰੱਗ ਪੈਡਲਿੰਗ ਦਾ, ਸਮਗਲਿੰਗ ਦਾ ਕੰਮ ਹੁੰਦਾ ਤਾਂ ਉਹ ਸਾਡੇ ਧਿਆਨ ਦੇ ਵਿੱਚ ਜ਼ਰੂਰ ਲੈ ਕੇ ਆਇਆ ਜਾਵੇ। ਇਹ ਅੱਧੀ ਰਾਤ ਨੂੰ ਸਾਨੂੰ ਇਹ ਇਨਪੁੱਟ ਆਈ ਸੀ, ਉਹਦੇ 'ਤੇ ਵਰਕਆਊਟ ਕੀਤਾ ਸੀ। ਦੇਖੋ ਇਹਨਾਂ ਨੇ ਇੱਕ ਲੋਕੇਸ਼ਨ ਦੱਸੀ ਹੈ ਸਾਨੂੰ, ਤਾਂ ਉਹ ਲੋਕੇਸ਼ਨ ਜਿਹੜੀ ਹੈ ਇਨਵੈਸਟੀਗੇਸ਼ਨ ਦੇ ਦੌਰਾਨ ਹੋਰ ਉਹਦੀ ਕਲੈਰਿਟੀ ਆਊਗੀ। ਨਹੀਂ, ਜੋ ਇਹਨਾਂ ਵੱਲੋਂ ਦੱਸਿਆ ਜਾਂਦਾ ਕਿ ਇਹਨਾਂ ਨੂੰ ਕੰਟੈਕਟ ਕੀਤਾ ਜਾਂਦਾ ਸੀ, ਉਹ ਹਜੇ ਪਰਸਨ ਆਈਡੈਂਟੀਫਾਈ ਨਹੀਂ ਹੋਏ, ਉਹ ਜਿਹੜੇ ਪੈਡਲਰਸ ਹੈ ਜਾਂ ਸਮਗਲਰਸ ਹੈ ਉਹ ਆਈਡੈਂਟੀਫਾਈ ਨਹੀਂ ਹੋਏ ਹਜੇ, ਪਰ ਇਹਨਾਂ ਨੇ ਦੱਸਿਆ ਕਿ ਫਲਾਣੀ ਥਾਂ ਤੋਂ ਅਸੀਂ ਲੈ ਕੇ ਆਉਂਦੇ ਸੀ, ਉਹ ਵੀ ਸਾਨੂੰ ਪੂਰਾ ਕੌਨਫੀਡੈਂਸ ਹੈ ਕਿ ਉਹ ਵੀ ਅਸੀਂ ਆਈਡੈਂਟੀਫਾਈ ਕਰ ਲਾਂਗੇ ਕਿ ਉਹ ਕੌਣ ਸੀ। ਪਰ ਉਹਨਾਂ ਦੇ ਪਿੱਛੇ ਜਿਹੜਾ ਬੈਕਵਰਡ ਲਿੰਕੇਜ ਹੈ ਉਹ ਆਲਰੇਡੀ ਮੈਂ ਤੁਹਾਨੂੰ ਜਿਹੜੇ ਮੇਨ ਸਮਗਲਰ ਹੈ ਉਹਨਾਂ ਦੇ ਨਾਮ ਵੀ ਮੈਂ ਗਿਣਾਏ। ਬਿਲਕੁਲ ਲੈ ਕੇ ਆਉਂਦਾ ਜਾਊਗਾ, ਅਸੀਂ ਉਹਨਾਂ ਨੂੰ ਨਾਮਜ਼ਦ ਵੀ ਕੀਤਾ ਇਹਦੇ ਵਿੱਚ। ਦੇਖੋ ਇਹ ਤਾਂ ਹੁਣ ਅਗਲੀ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੂਗਾ। ਫਿਲਹਾਲ ਜਿੰਨਾ ਕੁ ਬੈਕਵਰਡ ਲਿੰਕੇਜ ਸਾਨੂੰ ਪਤਾ ਲੱਗਿਆ ਉਹ ਮੈਂ ਪੂਰਾ ਡਿਸਕਲੋਜ਼ ਕਰ ਰਿਹਾ। ਸਰ ਇਹ ਸਪਲਾਈ ਕਿੱਥੇ ਕਰਦੇ ਸੀ? ਮੈਂ ਉਹੀ ਬਿਆਨ ਕਰ ਰਿਹਾ ਕਿ ਇਹਦੇ ਵਿੱਚ ਦੋ ਜਿਹੜੇ ਫਾਰਵਰਡ ਲਿੰਕੇਜ ਸਾਡੇ ਧਿਆਨ ਦੇ ਵਿੱਚ ਆਏ ਹੈ, ਇਸ ਤੋਂ ਇਲਾਵਾ ਜਿਹੜੇ ਫਾਰਵਰਡ ਲਿੰਕੇਜ ਧਿਆਨ 'ਚ ਆਏ ਹੈ ਉਹ ਹਜੇ ਡਿਸਕਲੋਜ਼ ਨਹੀਂ ਕਰਾਂਗੇ ਅਸੀਂ। ਕੁਝ ਅਸੀਂ ਪੈਡਲਰਸ ਆਈਡੈਂਟੀਫਾਈ ਕੀਤੇ ਹੈ ਅਤੇ ਜਿਸ ਜਦੋਂ ਵੀ ਉਹ ਇਸਟੈਬਲਿਸ਼ ਹੋ ਜਾਂਦਾ ਲਿੰਕ ਤਾਂ ਉਹ ਵੀ ਅਸੀਂ ਡਿਸਕਲੋਜ਼ ਕਰਾਂਗੇ। ਸਰ ਕਦੋਂ ਤੋਂ ਇਹ ਨੈਟਵਰਕ ਚਲਾ ਰਹੇ ਜੀ? ਇਹ ਪਿਛਲੇ 7-8 ਮਹੀਨੇ ਤੋਂ ਇਹ ਧਿਆਨ ਦੇ ਵਿੱਚ ਆਇਆ ਕਿ ਇਹਨਾਂ ਨੇ ਜਿਹੜਾ ਫਲੈਟ ਲਿਆ ਵੱਲਾ ਏਰੀਆ ਦੇ ਵਿੱਚ ਉਹ ਉੱਥੇ ਰਹਿ ਰਹੇ ਹੈ। ਇਸ ਤੋਂ ਪਹਿਲਾਂ 2016-17 ਤੋਂ ਕੁਝ ਨਾ ਕੁਝ ਐਕਟੀਵਿਟੀ ਕਰਦੇ, ਇਹਨਾਂ ਦੀ ਉਮਰ ਬਹੁਤ ਘੱਟ ਹੈਗੀ ਹੈ, 22 ਸਾਲ ਦਾ ਜਿਹੜਾ ਇਹਦੇ ਵਿੱਚ ਮੇਨ ਹਰਭੇਜ ਏਲੀਅਸ ਜਾਵੇਦ ਹੈ ਉਹਦੀ ਉਮਰ ਹੈ। ਸਰ ਜੇ ਅਸੀਂ ਗੱਲ ਕਰੀਏ ਬੀਤੇ ਦਿਨ ਦੀ ਤਾਂ ਤਰਨ ਤਾਰਨ ਨੂੰ ਇੱਕ BPO ਤੋਂ 6 ਕਿਲੋ ਹੈਰੋਇਨ ਫੜੀ ਗਈ ਸੀਗੀ, BSF ਨੇ ਫੜੀ ਹੈ ਬੀਤੇ ਦਿਨ, ਅਸੀਂ ਉਹਦੇ ਨਾਲ ਜੋੜ ਕੇ ਦੇਖ ਸਕਦੇ ਇਸ ਨੂੰ? ਕਿਉਂਕਿ ਉਹ ਪਾਕਿਸਤਾਨ ਤੋਂ ਆਈ ਸੀਗੀ, ਮੇਰਾ ਪੁੱਛਣ ਦਾ ਉਹੀ ਕਾਰਨ ਸੀਗਾ ਕਿ ਨਹੀਂ। ਹਜੇ ਤਾਂ ਇਹ ਕਹਿਣਾ ਬਹੁਤ ਔਖਾ ਹੈ ਕਿ ਇਹਦਾ ਬੈਕਵਰਡ ਲਿੰਕੇਜ ਹੋਰ ਪਿੱਛੇ ਕਿੱਥੋਂ ਤੱਕ ਜਾਂਦਾ ਹੈ। ਫਿਲਹਾਲ ਜੋ ਇਹਦਾ ਲਿੰਕੇਜ ਸਾਹਮਣੇ ਆਇਆ ਉਹ ਮੈਂ ਹੁਣੇ ਬਿਆਨ ਕੀਤਾ। ਉਹ ਸਾਰੀ ਚੀਜ਼ ਹੈ ਜਿਹੜੀ ਉਹ ਤਫਤੀਸ਼ 'ਚ ਲੈ ਕੇ ਆਉਂਦੀ ਜਾਊਗੀ। ਇਹ 17,000 ਰੁਪਏ ਪਰ ਮੰਥ 'ਤੇ ਇਹਨਾਂ ਨੇ ਰੈਂਟ 'ਤੇ ਲਿਆ ਹੋਇਆ ਫਲੈਟ। ਸਰ ਜਿਹਨਾਂ ਦਾ ਫਲੈਟ ਸੀ ਉਹ ਜੰਮੂ ਦੇ ਰਹਿਣ ਵਾਲੇ ਨੇ, ਉਹਨਾਂ ਦਾ ਵੀ ਕੋਈ ਨੈਟਵਰਕ ਨਾਲ ਹੈ ਲਿੰਕ? ਦੇਖੋ ਸਾਰੀ ਚੀਜ਼ ਜੋ ਹੈ ਉਹ ਅਗਲੀ ਤਫਤੀਸ਼ ਦੇ ਵਿੱਚ ਸਾਹਮਣੇ ਆਊਗੀ। ਇੱਕ ਦਿਨ ਦੇ ਵਿੱਚ ਜਿੰਨਾ ਸਾਹਮਣੇ ਆਇਆ ਉਹ ਮੈਂ ਹੁਣੇ ਡਿਸਕਲੋਜ਼ ਕਰ ਰਿਹਾ। ਕਿੰਨੇ ਦਿਨ ਦਾ ਰਿਮਾਂਡ ਹੈ ਜਿਹਨਾਂ ਦਾ? ਫਿਲਹਾਲ ਇਹਨਾਂ ਦਾ 3 ਦਿਨ ਦਾ ਰਿਮਾਂਡ ਹੈ। ਜਿਸ ਦੇ ਥਰੂ ਇਹ ਸਾਰੀ ਰਿਕਵਰੀ ਅਤੇ ਅਰੈਸਟ ਹੋਈਆਂ। ਦੇਖੋ ਇਹ ਵੱਲੇ ਏਰੀਏ ਦੇ ਵਿੱਚ ਇੱਕ ਫਲੈਟ ਲੈ ਕੇ ਰਹਿੰਦੇ ਸੀ, ਜਦੋਂ ਇਨਪੁੱਟ ਆਈ ਹੈ ਤਾਂ ਉਦੋਂ ਅਸੀਂ ਉੱਥੇ ਰੇਡ ਕੀਤੀ ਹੈ। ਸਾਨੂੰ ਇਹ ਨਹੀਂ ਸੀ ਪਤਾ ਕਿ ਇਨਪੁੱਟ ਕਿਸ ਤਰ੍ਹਾਂ ਦੀ ਹੈਗੀ ਹੈ, ਕਿਵੇਂ ਹੈ, ਪਰ ਅਸੀਂ ਚਾਂਸ ਨਹੀਂ ਲਿਆ। ਅਸੀਂ ਇੱਕ ਵਧੀਆ ਕਾਰਗੁਜ਼ਾਰੀ ਲਈ ਇੱਕ ਚੰਗੀ ਟੀਮ ਬਣਾ ਕੇ ਰੇਡ ਕੰਡਕਟ ਕੀਤੀ, ਜਿਸ ਵਿੱਚ ਕਿ ਇਹਨਾਂ ਨੇ ਆਪਣੇ ਫੋਨ ਵਗੈਰਾ ਤੋੜਨ ਦੀ ਵੀ ਕੋਸ਼ਿਸ਼ ਕੀਤੀ। ਫੋਨ ਇਹਨਾਂ ਵੱਲੋਂ ਤੋੜੇ ਵੀ ਗਏ। ਕੁਝ ਜਿਹੜੀ ਰਿਕਵਰੀ ਹੋਰ ਹੋਣੀ ਸੀ ਇਹਨਾਂ ਨੇ ਉਹ ਨਾਰਕੋਟਿਕਸ, ਉਹ ਹੈਰੋਇਨ ਇਹਨਾਂ ਨੇ ਡਿਸਪੋਜ਼ ਵੀ ਕੀਤੀ। ਰੋਹੜੀ
सिट दिती उपरों फ्लैट तो। इस तरह दीयां चीज़ां भी इन्होंने करन दी कोशिश की, पर साडी टीम ने बहुत चंगा काम किया, पांच जणे नूं इहदे विच अरैसट किया। बिल्कुल, मैं जिवें सब तो पहला वो जेल दे नैटवर्क वाली जिहड़ी गल हैगी है वह क्योंकि साढ़े ध्यान दे विच आई, ये इंटैरोगेशन दे विच ये पता लग्या कि नरिंदर निंदी ते रजिंदर गंजा इन्ह के संपर्क दे विच ये हैगे है, वो किस मोड के थ्रू है वो इंटैरोगेशन ते इन्वेस्टिगेशन के थ्रू भी पता लगेगा, तो उन्हां दी की इनवॉल्वमेंट इस कंसाइनमेंट दे विच या होर जिहड़ियां कंसाइनमेंट्स समगलिंग वास्ते ते ड्रग पैडलिंग वास्ते हुंदियां उन्हां दी उन्हां दा की रोल है वह भी वेरीफाई किया जाऊगा। ये यह भी पता लगता है कि जिहड़े फॉरवर्ड लिंकेज है, ये तो आप बैकवर्ड लिंकेज की गल कर ली, जिहदे विच नरिंदर निंदी की गल की, रजिंदर गंजे की गल की, ये फॉरवर्ड लिंकेज भी सामने आता है। इस तो पहला जिहड़ियां इन्होंने कंसाइनमेंट्स डिस्पोज ऑफ कीतियां उस विच नरिंदर निंदी फॉरवर्ड लिंकेज दे विच भी है, इस तो अलावा एक मोरिंडा मोरिंडा करके समगलर है उहदी भी इनवॉल्वमेंट इहदे विच सामने आउंदी है, पुराने जिहड़ी इन्हां दीयां खेपां दी डिस्पोजल होई है वह भी इस वेले फरीदकोट जेल दे विच है, नरिंदर निंदी भी इस वेले फरीदकोट जेल विच है, ते रजिंदर गंजा जो कि जंडियाला तो है वह अमृतसर जेल दे विच है। हाँ जी, सारे सत श्री अकाल। हाँ जी, अमृतसर सिटी पुलिस वालों अलग अलग टीमां बना के जिस तरीके नाल नशा तस्करी के विरुद्ध मुहिम चलाई गई है, इस विच खास तौर पर CIA दीयां टीमां ने जो अपनी कारगुजारी अज अर्ली मॉर्निंग दिखाई है वो बड़ी शलाघायोग है। इस विच 1.5 किलो हैरोइन दे नाल नाल 2 वैपन्स छोटे वैपन पिस्टल 32 बोर दे ते ड्रग मनी 8.5 लाख ड्रग मनी जिहड़ी है वो रिकवर हुई है। इस विच 5 जिहड़े दोषी जिहड़े समगलर्स है वो भी फड़े गए। ये बरामदगी ते अरैसट इस करके भी इंपॉर्टेंट है क्योंकि इहदा बैकवर्ड लिंकेज है जिहड़ा वो इंपॉर्टेंट समगलर्स दे नाल जाके जुड़दा है, जिस विच कि रजिंदर गंजा जंडियाला तो काफ़ी इनफेमस समगलर इस तो पहला रह चुका है, उहदी भी इनवॉल्वमेंट सामने आउंदी है। इस तो अलावा नरिंदर निंदी करके समगलर है उहदी भी इनवॉल्वमेंट सामने आउंदी है। नरिंदर निंदी धूलका पिंड दे रहण वाला थाणा खलचियां तो, इहदे उत्ते पहलां 2 मुकदमे NDPS दे भी दर्ज है, एक होर गुड कंडक्ट प्रिजनर एक्ट दा भी मुकदमा दर्ज है। जिहड़े 5 दोषी इस विच फड़े गए है जिन्हां तों ये हैरोइन ड्रग मनी ते वैपन्स एम्यूनिशन रिकवर होया है, उन्हां च हरभेद सिंह उर्फ जावेद जो कि 22 साल का लोहारका कलां का रहने वाला, सुनील मसी 21 साल का बल्लड़वाल अजनाला का रहने वाला। पिछे आओ थोड़ा।
ਠੀਕ ਹੈ ਨਾ।